4 ਦਿਨ ਪਹਿਲਾਂ ਘਰੋਂ ਕੰਮ ਕਰਨ ਨਿਕਲਿਆ ਨੌਜਵਾਨ, ਮੁੜ ਕੇ ਮਿਲਿਆ ਅਜਿਹੇ ਹਾਲਾਤਾਂ ਦੇ ਵਿੱਚ ਕਿ ਪੁਲਿਸ ਨੂੰ ਵੀ ਪੈ ਗਈਆਂ ਭਾਜੜਾਂ। ਗੁਰਦਾਸਪੁਰ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਪੱਤੀਵਾੜਾ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਲੋਕਾਂ ਵੱਲੋਂ ਪਿੰਡ ਦੇ ਨਜ਼ਦੀਕ ਖੇਤਾਂ ਵਿੱਚ ਇੱਕ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਵਿੱਚ ਲਾਸ਼ ਦੇਖੀ ਗਈ। ਇਤਲਾਹ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਵੱਲੋਂ ਜਦੋਂ ਛਾਣਬੀਣ ਕੀਤੀ ਗਈ ਤਾਂ ਪਤਾ ਚੱਲਿਆ ਕਿ ਮੰਗਾ ਨਾਮਕ ਨੌਜਵਾਨ, ਜਿਸ ਦੀ ਉਮਰ 30 ਸਾਲ ਦੇ ਕਰੀਬ ਸੀ, ਪਿੰਡ ਗੁੰਨੋਪੁਰ ਦਾ ਰਹਿਣ ਵਾਲਾ ਸੀ ਅਤੇ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ। ਇਤਲਾਹ ਮਿਲਦੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਘਟਨਾ ਸਥਾਨ ਤੇ ਪਹੁੰਚੇ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਮੁਤਾਬਕ 4 ਦਿਨ ਪਹਿਲਾਂ ਮ੍ਰਿਤਕ ਆਪਣੇ ਕੰਮ ਤੇ ਘਰੋਂ ਗਿਆ ਸੀ, ਪਰ ਅੱਜ ਉਹਨਾਂ ਨੂੰ ਇਤਲਾਹ ਮਿਲੀ ਕਿ ਉਹਨਾਂ ਦੇ ਨੌਜਵਾਨ ਮੰਗੇ ਦੀ ਲਾਸ਼ ਪਿੰਡ ਪੱਤੀਵਾੜਾ ਵਿੱਚ ਖੇਤਾਂ ਵਿੱਚੋਂ ਬਰਾਮਦ ਹੋਈ ਹੈ। ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਨਹੀਂ ਪਤਾ ਕਿ ਇਹ ਘਟਨਾ ਕਿਵੇਂ ਵਾਪਰੀ, ਪਰ ਉਹ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦੇ ਨੇ। ਪਤਾ ਲੱਗਾ ਵੀ ਬਿੱਟੂ ਆ ਘੁਮਾਣਾ ਦਾ, ਹਾਂਜੀ, ਤੇ ਇਹ ਅੱਜ ਜਦੋਂ ਅਸੀਂ ਆਏ ਹਾਂ ਸਾਨੂੰ ਫੋਨ ਗਿਆ ਪੁਲਿਸ ਦਾ, ਸਾਨੂੰ ਪੁਲਿਸ ਵਾਲਿਆਂ ਨੇ ਫੋਨ ਕੀਤਾ, ਫਿਰ ਜੀ ਫਿਰ ਇਹਨਾਂ ਨੇ ਸਾਨੂੰ ਸੱਦਿਆ, ਅਸੀਂ ਆਏ ਹਾਂ ਇਕੱਠੇ ਹੋ ਕੇ ਅਤੇ ਦੇਖਿਆ ਤਾਂ ਕਹਿੰਦੇ ਵੀ ਪਛਾਣੋ ਆ ਗਏ ਲਾਸ਼, ਅਤੇ ਅਸੀਂ ਪਛਾਣੀ ਆ ਲਾਸ਼ ਸਾਡੀ ਉਹ ਹੀ ਆ। ਇਹ ਪਿੰਡ ਤੋਂ ਸ਼ੁੱਕਰਵਾਰ 4-5 ਦਿਨ ਹੋ ਗਿਆ, ਭਰਾ ਨਾਲ ਗੱਲ ਹੋਈ ਆ, ਕਿਸੇ ਦੇ ਫੋਨ ਤੋਂ ਗੱਲ ਕੀਤੀ, ਕਿਸੇ ਦੇ ਫੋਨ ਤੋਂ ਗੱਲ ਕੀਤੀ, ਮੈਂ ਪੈਟਰੋਲ ਪੰਪ 'ਤੇ ਹਾਂ। ਹਾਂਜੀ, ਤੁਸੀਂ ਹੁਣ ਇਹਦੇ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਜੇ ਵੀ ਕੀ ਕਾਰਵਾਈ ਹੋਣੀ ਚਾਹੀਦੀ ਜਾਂ ਕਿਵੇਂ ਜੇ ਪ੍ਰਸ਼ਾਸਨ ਤੋਂ ਕੀ ਮੰਗ ਕਰਨੀ ਚਾਹੁੰਦੇ? ਮੰਗ ਕੀ ਕਰਨੀ ਵੀ ਨਿਆਂ ਹੋਣਾ ਚਾਹੀਦਾ। ਉੱਥੇ ਛਾਣਬੀਣ ਕਰ ਰਹੀ ਪੁਲਿਸ ਪਾਰਟੀ ਦੇ ਇੰਚਾਰਜ ਨੇ ਕਿਹਾ ਕਿ ਬਿਆਨ ਦਰਜ ਕੀਤੇ ਜਾ ਰਹੇ ਨੇ, ਆਂਢ ਗੁਆਂਢ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ, ਜੋ ਕੁਝ ਵੀ ਸਾਹਮਣੇ ਆਵੇਗਾ ਉਸ ਦੇ ਹਿਸਾਬ ਨਾਲ ਹੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅੱਜ ਕਰੀਬ ਸਵੇਰੇ 8:15 ਦੇ ਲਾਗੇ ਸਾਨੂੰ ਇੰਟੀਮੇਸ਼ਨ ਮਿਲੀ ਸੀ ਕਿ ਕੋਈ ਡੈਡਬਾਡੀ ਜਿਹੜੀ ਹੈ ਪੱਤੀਵਾੜਾ ਘੁਮਾਣ ਯੂਰੀਡੈਕਸ਼ਨ ਥਾਣੇ ਘੁਮਾਣ ਦੀ ਉੱਥੇ ਕੱਚੇ ਰਸਤੇ ਦੇ ਉੱਤੇ ਪਈ ਹੈ, ਅਤੇ ਇਤਲਾਹ ਦੇ ਮੁਤਾਬਕ ਅਸੀਂ ਇੱਥੇ ਪਹੁੰਚੇ ਹਾਂ। ਉਹ ਜਿਹੜੀ ਡੈਡਬਾਡੀ ਹੈ ਉਹ ਮੰਗਾ ਸਿੰਘ ਪੁੱਤਰ ਕਵਲਾ ਸਿੰਘ ਵਾਸੀ ਗੁੰਨੋਪੁਰ ਦੀ ਉਹਦੇ ਵਜੋਂ ਦੀ ਸ਼ਨਾਖਤ ਹੋਈ ਹੈ, ਉਹਦੇ ਵਾਰਸ ਜਿਹੜੇ ਨੇ ਉਹ ਵੀ ਆ ਗਏ ਨੇ, ਜੈਸੀ ਸੂਰਤ ਹੋਏਗੀ ਵੈਸੀ ਕਾਰਵਾਈ ਜਿਹੜੀ ਹੈ ਉਹ ਜਲਦੀ ਤੋਂ ਜਲਦੀ ਅਮਲ 'ਚ ਲਿਆਉਂਦੇ। ਸਰ ਇਹ ਮਰਡਰ ਕੀਤਾ ਲੱਗਦਾ ਕਿ ਜਾਂ ਕੋਈ ਕਿੰਝ ਲੱਗ ਰਿਹਾ ਤੁਹਾਨੂੰ ਇਹ ਜਿਹੜੀ? ਅਜੇ ਇਸ ਸੰਬੰਧੀ ਕੁਛ ਵੀ ਨਹੀਂ ਕਿਹਾ ਜਾ ਸਕਦਾ ਜੀ, ਡੂੰਘਾਈ ਨਾਲ ਜਿਹੜੀ ਤਫਤੀਸ਼ ਇਹਦੀ ਜਾਰੀ ਹੈ। ਸਰ ਕੁਝ ਜਿਹੜੇ ਇੱਥੇ ਜਿਹੜੇ ਲਾਗੇ ਰਾਹੀਗੀ ਰਹੀ ਜਾਂ ਕੋਈ ਪਿੰਡ ਵਾਲੇ ਉਹ ਦੱਸਣ ਡੇ ਵੀ ਕਿਸੇ ਨੇ ਇਹ ਵੀ ਦੱਸਿਆ ਕਿ ਕੋਈ ਗੱਡੀ ਆ ਉਹ ਸੁੱਟ ਕੇ ਗਈ ਹੈ ਇਹਨੂੰ, ਡੈਡ ਬਾਡੀ ਨੂੰ? ਨਹੀਂ, ਉਸ ਸੰਬੰਧੀ ਅਸੀਂ ਜਾਂਚ ਕਰ ਰਹੇ ਹਾਂ, ਅਜੇ ਪੁਖਤਾ ਸਬੂਤ ਕੋਈ ਸਾਹਮਣੇ ਨਹੀਂ ਆਏ, ਆਉਣ ਦੇ ਉੱਤੇ ਵੀ ਖੁਲਾਸਾ ਕਰਦਾ ਜੀ। ਗੁਰਦਾਸਪੁਰ ਤੋਂ ਜਤਿੰਦਰ ਕੁੰਡਲ ਦੀ ਰਿਪੋਰਟ। ਮਰਦਾਨਾ ਕਮਜ਼ੋਰੀ ਦੂਰ ਕਰਨ ਦੇ ਮਾਹਿਰ, ਤਾਕਤ, ਜੋਸ਼ ਅਤੇ ਜਵਾਨੀ ਦੀ ਆਖਰੀ ਉਮੀਦ, ਕਦੋਂ ਤੱਕ ਗੁਪਤ ਰੋਗਾਂ ਨੂੰ ਬਚਾਉਂਦੇ ਰਹੋਗੇ? ਅਨੇਕ ਡਾਕਟਰਾਂ ਹਕੀਮਾਂ ਤੋਂ ਪੁੜੀਆਂ ਖਾ ਕੇ ਤੰਗ ਆ ਚੁੱਕੇ ਹੋ, ਨਿਰਾਸ਼ ਹੋ ਚੁੱਕੇ ਹੋ, ਪਰੇਸ਼ਾਨ ਰੋਗੀ, ਅੱਜ ਹੀ ਸੰਪਰਕ ਕਰਨ, ਉਮਰ ਹੋਵੇ 25 ਜਾਂ 80, ਹੁਣ ਹੋਵੇਗਾ ਪੱਕਾ ਇਲਾਜ, ਦਰ ਦਰ ਨਾ ਭਟਕੋ। ਕਾਂਤ, ਸ਼ਿਗਰ ਪਤਨ, ਘੱਟ ਸ਼ਕਰਾਣੂ, ਸੁਪਨ ਦੋਸ਼, ਨਾਮਰਦੀ, ਮਰਦਾਨਾ ਕਮਜ਼ੋਰੀ, ਇੱਕ ਵਾਰ ਜ਼ਰੂਰ ਅਜ਼ਮਾਓ, ਮੈਂ ਵਾਅਦਾ ਕਰਦਾ ਹਾਂ ਤੁਸੀਂ ਨਿਰਾਸ਼ ਨਹੀਂ ਹੋਵੋਗੇ। ਵਰਮਾ ਦਵਾਖਾਨਾ, ਨੀਅਰ ਨਾਈਆਂ ਵਾਲਾ ਚੌਂਕ, ਫਗਵਾੜਾ, ਮੋਬਾਈਲ ਨੰਬਰ 98150 6460, 98150 6470।